ਬਿਸਮਿਲ੍ਲਾ ਰਹਿਮਾਨ ਰਹੀਮ। ਅਸਲਾਮ ਅਲੈਕਮ। ਮੈਂ ਹਾਂ ਡਾਕਟਰ ਸੁਗਰਾ ਸਦਫ ਔਰ ਮੈਂ ਤੁਹਾਨੂੰ 14 ਅਗਸਤ ਦੀਆਂ ਬਹੁਤ ਬਹੁਤ ਢੇਰ ਢੇਰ ਮੁਬਾਰਕਾਂ ਦਿੰਦੀ ਹਾਂ। ਇਹ ਆਜ਼ਾਦੀ ਦਾ ਦਿਨ ਸਾਨੂੰ ਰੱਬ ਦੇ ਕਰਮ ਨਾਲ ਨਸੀਬ ਹੋਇਆ। ਅਸੀਂ ਬੜੀ ਖੁਸ਼ਕਿਸਮਤ ਕੌਮ ਹਾਂ ਕਿ ਜਿਹੜੀ ਆਜ਼ਾਦ ਕੌਮ ਅਖਵਾਨੇ ਹਾਂ। ਆਜ਼ਾਦੀ ਦੀ ਕੀਮਤ ਉਹਨਾਂ ਕੋਲ ਪੁੱਛਣੀ ਚਾਹੀਦੀ ਹੈ ਕਿ ਜਿਹੜੇ ਅੱਜ ਵੀ ਗੁਲਾਮੀ ਦੀ ਜ਼ਿੰਦਗੀ ਗੁਜ਼ਾਰ ਰਹੇ ਨੇ। ਇਸ ਲਈ ਜ਼ਰੂਰੀ ਹੈ ਕਿ ਆਪਣੀ ਆਜ਼ਾਦੀ ਨੂੰ ਸੰਭਾਲ ਕੇ ਰੱਖੀਏ ਔਰ ਆਜ਼ਾਦੀ ਨੂੰ ਸੰਭਾਲ ਕੇ ਰੱਖਣ ਦਾ ਸਭ ਤੋਂ ਵੱਡਾ ਹੁਨਰ ਇਹ ਹੈ ਕਿ ਅਸੀਂ ਸਾਰੇ ਆਪਣੇ ਵਤਨ ਦੀ ਤਰੱਕੀ ਲਈ ਮਿਲ ਕੇ ਕੋਸ਼ਿਸ਼ ਕਰੀਏ। ਇਹਨੂੰ ਇੱਕ ਦੁਨੀਆ ਵਿੱਚ ਵੱਡੇ ਨਾਂ ਵਾਲਾ ਵੱਡਾ ਮੁਲਕ ਬਣਾਈਏ ਕਿ ਜਿਹਦਾ ਲੋਕ ਆਦਰ ਕਰਨ, ਜਿਹਦੀ ਲੋਕ ਇੱਜ਼ਤ ਕਰਨ ਔਰ ਮੁਲਕ ਦੀ ਇੱਜ਼ਤ ਮੁਲਕ ਦੇ ਵਾਸੀਆਂ ਨਾਲ ਹੁੰਦੀ ਹੈ, ਸਾਡੇ ਅਮਲਾਂ ਨਾਲ ਜੁੜੀ ਹੋਈ ਹੈ। ਇਨਸ਼ਾਅੱਲਾ ਸਾਡਾ ਮੁਲਕ ਜੀਵੇ, ਇਨਸ਼ਾਅੱਲਾ ਸਾਡਾ ਮੁਲਕ ਤਰੱਕੀ ਕਰੇ ਔਰ ਅਸੀਂ ਦਿਨ ਰਾਤ ਇਹਦੇ ਲਈ ਕੋਸ਼ਿਸ਼ਾਂ ਕਰੀਏ। ਪਾਕਿਸਤਾਨ ਜ਼ਿੰਦਾਬਾਦ।